ਰੂਟ ਨੋਡ ਨੇਮਾਟੋਡ ਨਾਮਕ ਛੋਟੇ ਕੀੜੇ ਜ਼ਮੀਨ ਵਿੱਚ ਹੀ ਰਹਿੰਦੇ ਨੇ ਅਤੇ ਉਹਨਾਂ ਦੇ ਲਾਰਵਾ ਪੇੜ ਦੀ ਜੜ੍ਹਾਂ ਤੇ ਹਮਲਾ ਕਰਦੇ ਨੇ। ਨੇਮਾਟੋਡ ਜੜ੍ਹਾਂ ਦੇ ਅੰਦਰ ਜਾ ਕੇ ਅੰਡੇ ਦਿੰਦੇ ਨੇ ਅਤੇ ਜੜ੍ਹਾਂ ਨੂੰ ਗਲਾ ਦਿੰਦੇ ਨੇ। ਉਹ ਜੜ੍ਹ ਚੋਂ ਪਾਣੀ ਅਤੇ ਪੋਸ਼ਕ ਤੱਤਾਂ ਨੂੰ ਖਤਮ ਕਰ ਦਿੰਦੇ ਨੇ। ਇਹਨਾਂ ਤੋਂ ਗ੍ਰਸਿਤ ਪੇੜ ਜ਼ਿਆਦਾ ਵੱਧ ਨਹੀਂ ਪਾਉਂਦੇ। ਕਿਸਾਨ ਨੇਮਾਟੋਡ ਇਨਫੈਕਸ਼ਨ ਦੇ ਲੱਛਣਾਂ ਨੂੰ ਪਛਾਣ ਨਹੀਂ ਪਾਉਂਦੇ ਅਤੇ ਉਹਨਾਂ ਨੂੰ ਇਹ ਫਫੂੰਦ ਲੱਗਣਾ ਜਾਂ ਪੋਸ਼ਕ ਤੱਤਾਂ ਦੀ ਕਮੀ ਜਾਂ ਪੇੜ ਦੀ ਸਰੀਰਕ ਬਣਾਵਟ ਵਿੱਚ ਕਮੀ ਲੱਗਦੀ ਹੈ। ਪੋਲੀ ਹਾਊਸ ਦੇ ਮਾਮਲੇ ਵਿੱਚ ਨੇਮਾਟੋਡ ਦੀ ਸਮੱਸਿਆ ਹੋਰ ਵੀ ਜ਼ਿਆਦਾ ਹੈ ਕਿਉਂਕਿ ਉੱਥੇ ਦੀ ਪਰਿਸਥਿਤੀਆਂ ਨੇਮਾਟੋਡ ਦੇ ਵਿਕਾਸ ਦੇ ਲਈ ਸਭ ਤੋਂ ਅਨੁਕੂਲ ਨੇ। ਇਸ ਲਈ ਕਿਸਾਨ ਦੇ ਲਈ ਫਸਲ ਦੀ ਸੁਰੱਖਿਆ ਕਰ ਪਾਣਾ ਬਹੁਤ ਔਖਾ ਹੋ ਜਾਂਦਾ ਹੈ। ਕਦੀ ਕਦੀ ਉਹਨਾਂ ਨੂੰ ਫਸਲ ਜੜ ਤੋਂ ਉਖਾੜਨ ਤੇ ਮਜਬੂਰ ਹੋਣਾ ਪੈਂਦਾ ਹੈ। ਨੇਮਾਟੋਡ ਸਮੱਸਿਆ ਦੀ ਵਜ੍ਹਾ ਤੋਂ ਉਹਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੇਸ਼ ਹੈ ਨੇਮਾਟੋਡ ਨਿਯੰਤਰਣ ਦੇ ਲਈ ਇੱਕ ਕ੍ਰਾਂਤੀਕਾਰੀ ਖੋਜ। ਬਾਇਰ ਪੇਸ਼ ਕਰਦਾ ਹੈ ਵੈਲਮ ਪ੍ਰਾਈਮ, ਇੱਕ ਤਕਨੀਕੀ ਰੂਪ ਤੋਂ ਉੱਨਤ ਨੇਮਾਟੀਸਾਈਡ। ਬਾਇਰ ਦਾ ਵੈਲਮ ਪ੍ਰਾਈਮ, ਬਣੋ ਕ੍ਰਾਂਤੀ ਦਾ ਹਿੱਸਾ।